ਪੀਰ ਆਫ ਕਿਰਨ ਮੰਨ ਵਾਲੇ ਸਭ ਤੁਹਾਨੂੰ ਅਸਲਾਮ ਅਲੈਕੁਮ ਜੀ। ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ, ਇੱਕ ਵਾਰੀ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਨਾਲ ਗੱਲ ਸਾਂਝ ਕਰਾਂਗਾ ਕਿ ਇਬਾਦਤ ਕਰਨ ਵਾਲੇ ਨੂੰ ਨੁਕਸਾਨ ਕਿਉਂ ਹੁੰਦਾ। ਜੋ ਇਨਸਾਨ ਇਬਾਦਤ ਕਰਦਾ, ਰੱਬ ਦੀ ਬੰਦਗੀ ਕਰਦਾ, ਆਪਾਂ ਦੇਖਦੇ ਕਈ ਵਾਰੀ ਉਸਨੂੰ ਬੜੀਆਂ ਤਕਲੀਫਾਂ ਆਉਂਦੀਆਂ, ਬੜੇ ਨੁਕਸਾਨ ਹੁੰਦੇ, ਕਈ ਵਾਰੀ ਉਹ ਬੜੀ ਪਰੇਸ਼ਾਨੀ ਦੇ ਵਿੱਚ ਰਹਿੰਦਾ ਕਿ ਮੇਰਾ ਵੀ ਨਹੀਂ ਕੰਮ ਬਣਦਾ, ਮੇਰਾ ਉਹ ਵੀ ਨਹੀਂ ਕੰਮ ਬਣਦਾ, ਮੈਨੂੰ ਇੱਦਾਂ ਨਹੀਂ ਹੁੰਦੀ, ਮੈਨੂੰ ਉੱਦਾਂ ਨਹੀਂ ਹੁੰਦੀ। ਕਈ ਉਹਦੇ ਮਸਲੇ ਐਸੇ ਹੁੰਦੇ ਨੇ ਜਿਹੜੇ ਬਣਦੇ ਬਣਦੇ ਵਿਗੜ ਜਾਂਦੇ ਨੇ, ਅਤੇ ਫਿਰ ਉਹ ਦੁਖੀ ਹੋ ਜਾਂਦਾ ਕਿ ਮੈਂ ਰੱਬ ਦਾ ਨਾਮ ਵੱਧ ਲੈਂਦਾ, ਮੈਂ ਫਿਰ ਵੀ ਪਰੇਸ਼ਾਨ ਰਹਿੰਦਾ। ਅਤੇ ਜੇ ਉਹ ਕਈ ਲੋਕ ਐਸੇ ਨੇ ਜਿਹੜੇ ਰੱਬ ਦਾ ਨਾਮ ਵੀ ਨਹੀਂ ਲੈਂਦੇ ਅਤੇ ਉਹ ਖੁਸ਼ ਰਹਿੰਦੇ ਨੇ, ਇਹਦਾ ਕਾਰਨ ਕੀ ਹੁੰਦਾ, ਉਹਦੇ ਬਾਰੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਦੇ ਨਾਲ ਗੱਲ ਸਾਂਝੀ ਕਰਾਂਗਾ। ਤੁਹਾਸ ਕਰਾਂਗਾ ਆਪ ਨੂੰ ਕੁਛ ਨਾ ਕੁਛ ਸਿੱਖਣ ਜ਼ਰੂਰ ਮਿਲੇਗਾ। ਤੋ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ, ਅਗਰ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ। ਸਵਾਓ ਅੱਜ ਦੇ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਕੱਲ੍ਹ ਇੱਕ ਸਧਾਰਨ ਜੀ ਇੱਕ ਲੜਕੀ ਜੋ ਕਿ ਬੜੀ ਇਸ਼ਕ ਦੇ ਵਿੱਚ ਹੈ, ਰੱਬ ਦੀ ਬੰਦਗੀ ਕਰਦੀ ਹੈ, ਇਬਾਦਤ ਕਰਦੀ ਹੈ, ਪੰਜ ਵਕਤ ਨਮਾਜ਼ ਪੜ੍ਹਦੀ ਹੈ, ਅੱਲਾਹ ਪਾਕ ਨੂੰ ਯਾਦ ਕਰਦੀ ਹੈ, ਅਤੇ ਮੁਸੀਬਤਾਂ ਦੇ ਵਿੱਚ ਬੜੀ ਘਿਰੀ ਹੋਈ ਹੈ। ਉਹ ਘਰਾਂ ਦੇ ਵਿੱਚ ਜਾ ਕੇ ਸਫਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ, ਤਿੰਨ ਚਾਰ ਉਹਦੇ ਬੱਚੇ ਨੇ। ਤੋ ਉਹ ਇਹਦੀ ਗੱਲ ਕਰਦੀ ਕਰਦੀ ਅਤੇ ਉਹਨੇ ਦੱਸਿਆ, ਉਹ ਬੜੀ ਖੁਸ਼, ਮੈਨੂੰ ਪੁੱਛਿਆ, ਮੈਂ ਕਿਹਾ ਬੇਟਾ ਤੂੰ ਇੰਨੀਆਂ ਮੁਸੀਬਤਾਂ ਫਿਰ ਵੀ ਤੁਸੀਂ ਖੁਸ਼ ਹੋ, ਕਾਰਨ ਕੀ ਹੈ? ਉਹਨਾਂ ਨੇ ਬੜਾ ਸਧਾਰਨ ਜਿਹਾ ਆਂਸਰ ਦਿੱਤਾ, ਕਹਿੰਦੇ ਕਿ ਸਰ ਜੀ ਗੱਲ ਇਹ ਹੈ ਕਿ ਅੱਲਾਹ ਨੇ ਫਰਮਾਇਆ ਹੈ ਕਿ ਜਿਹੜਾ ਨੇਕ ਇਨਸਾਨ ਹੈ, ਜਿਹੜਾ ਰੱਬ ਦੀ ਬੰਦਗੀ ਕਰਦਾ, ਉਹਨੂੰ ਮੁਸੀਬਤਾਂ ਵੱਧ ਅੱਲਾਹ ਵੱਲੋਂ ਤਾਂ ਦਿੱਤੀਆਂ ਜਾਂਦੀਆਂ ਤਾਂ ਜੋ ਉਹਦਾ ਯਕੀਨ ਪੱਕਾ ਹੋ ਜਾਵੇ, ਉਹ ਆਪਣੇ ਸਿਰਕ ਤੋਂ ਨਾ ਡੋਲੇ, ਉਹਦਾ ਯਕੀਨ ਜਿਹੜਾ ਉਹ ਡੋਲੇ ਨਾ। ਤੋ ਕਹਿੰਦੇ ਕਿ ਮੈਨੂੰ ਮੇਰਾ ਮਾਲਿਕ ਬਹੁਤ ਪਰਖਦਾ ਹੈ, ਕਈ ਥਾਂ 'ਤੇ ਫਰਕ ਪਰਖਦਾ ਹੈ, ਪਰ ਮੈਂ ਆਪਣਾ ਯਕੀਨ ਡੋਲਦੀ ਨਹੀਂ, ਮੈਂ ਕਿਸੇ ਹੋਰ ਪਾਸੇ ਨਹੀਂ ਜਾਂਦੀ, ਮੈਂ ਦੁਆ ਕਰਦੀ ਹਾਂ, ਅੱਲਾਹ ਨੂੰ ਦੁਆ ਕਰਦੀ ਹਾਂ ਕਿ ਜੋ ਮੇਰਾ ਜ਼ਿਕਰ ਬੰਦਗੀ ਵਜ਼ੀਫਾ ਜੋ ਮੈਂ ਕਰਦੀ ਹਾਂ, ਮੈਂ ਰੋਜ਼ ਕਰਦੀ ਹਾਂ, ਮੈਂ ਛੱਡਦੀ ਨਹੀਂ, ਤਾਂ ਜੋ ਕਿ ਮੇਰਾ ਰੱਬ ਮੇਰੇ ਤੋਂ ਗੁੱਸੇ ਨਾ ਹੋਵੇ। ਕਹਿੰਦੀ ਕਿ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਹਾਲਤ ਵਿੱਚ ਜਿਹੜੀ ਬੰਦਗੀ ਛੱਡਣੀ, ਜਿਹੜੀ ਉਹ ਮਾਫ਼ ਨਹੀਂ ਗੀ ਕਿ ਆਪਾਂ ਕੋਈ ਕੰਮ ਹੈ ਅਤੇ ਆਪਾਂ ਬੰਦਗੀ ਕਰਨੀ ਛੱਡ ਦੇ। ਕਹਿੰਦੀ ਨਹੀਂ, ਹਰ ਵੇਲੇ ਹਰ ਰੋਜ਼ ਕਰਨੀ ਜ਼ਰੂਰੀ। ਹਾਂ, ਬਿਮਾਰੀ ਦੀ ਹਾਲਤ ਵਿੱਚ, ਸਫ਼ਰ ਦੀ ਹਾਲਤ ਵਿੱਚ ਆਪਾਂ ਥੋੜ੍ਹਾ ਘਟਾ ਸਕਦੇ ਹਾਂ, ਪਰ ਛੱਡਣਾ ਨਹੀਂ। ਅਤੇ ਉਸ ਬੱਚੀ ਦੀਆਂ ਬਹੁਤ ਗੱਲਾਂ ਚੰਗੀਆਂ ਕਿ ਦੇਖੋ, ਉਹਨੇ ਕਿਹਾ ਕਿ ਨੁਕਸਾਨ ਮੇਰਾ ਬਹੁਤ ਵਾਰੀ ਹੁੰਦਾ, ਪਰ ਮੈਂ ਕਈ ਵਾਰੀ ਘਾਟੇ 'ਚ ਨਹੀਂ ਜਾਂਦੀ, ਇੱਕ ਪਾਸੇ ਨੁਕਸਾਨ ਅਤੇ ਦੂਜੇ ਪਾਸੇ ਮੈਨੂੰ ਫਾਇਦਾ ਹੋ ਜਾਂਦਾ। ਤੋ ਇਸ ਕਰਕੇ ਉਹਦੀਆਂ ਗੱਲਾਂ ਤੋਂ ਆਪਾਂ ਨੂੰ ਸਿੱਖਣ ਨੂੰ ਕੀ ਮਿਲਿਆ ਕਿ ਜੋ ਰੱਬ ਦੀ ਬੰਦਗੀ ਕਰਦਾ ਉਸਨੂੰ ਰੱਬ ਪਰਖਦਾ, ਉਹਦਾ ਅਕੀਦਾ, ਉਹਦਾ ਵਿਸ਼ਵਾਸ ਪੱਕਾ ਕਰਨਾ, ਵਾਰ ਵਾਰ ਪਰਖਣਾ। ਅਤੇ ਉਹ ਫਿਰ ਉਹ ਕਹਿੰਦੀ ਕਿ ਮੈਂ ਕਿਹਾ ਵੀ ਇੱਦਾਂ ਰੱਬ ਸਾਰੀ ਉਮਰ ਤੈਨੂੰ ਪਰਖੀ ਜਾਊਗਾ ਅਤੇ ਫਿਰ ਕਿੱਦਾਂ ਹੋਊਗੀ? ਕਹਿੰਦੀ ਨਹੀਂ, ਇਹ ਕੁਝ ਸਮਾਂ ਹੁੰਦਾ ਜਦੋਂ ਸਾਡੀ ਇਬਾਦਤ ਪੱਕ ਜਾਂਦੀ ਹੈ, ਅਸੀਂ ਆਪਣੇ ਯਕੀਨ 'ਤੇ ਕਾਮਲ ਰਹਿੰਦੇ ਹਾਂ, ਅਸੀਂ ਪੱਕੇ ਰਹਿੰਦੇ ਹਾਂ ਆਪਣੇ ਯਕੀਨ ਦੇ ਉੱਪਰ, ਇੱਕ ਥਾਂ ਹੀ ਟਿਕੇ ਰਹਿੰਦੇ ਹਾਂ, ਹੋਰ ਪਾਸੇ ਨਹੀਂ ਜਾਂਦੇ, ਇੱਕ ਤਾਂ ਆਪਣਾ ਯਕੀਨ ਬਣਾ ਕੇ ਰੱਖਦੇ ਹਾਂ ਤਾਂ ਫਿਰ ਮਾਲਕ ਸਾਨੂੰ ਸਭ ਕੁਝ ਅਤਾ ਕਰ ਦਿੰਦਾ, ਜੋ ਅਸੀਂ ਚਾਹੁੰਦੇ ਹਾਂ, ਜੋ ਅਸੀਂ ਲੈਣਾ ਚਾਹੁੰਦੇ ਹਾਂ, ਕਰਨਾ ਚਾਹੁੰਦੇ ਹਾਂ, ਸਾਨੂੰ ਸਾਰਾ ਕੁਝ ਮਿਲ ਜਾਂਦਾ ਅਤੇ ਬਸ ਅਸੀਂ ਸਿਰਫ ਟਿਕਣਾ ਹੈ। ਤੋ ਬੜੀਆਂ ਉਸਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਕਿ ਆਪਾਂ ਇੱਕ 'ਤੇ ਟਿਕਣਾ ਹੈ। ਅਸੀਂ ਕੀ ਕਰਦੇ ਹਾਂ ਕਿ ਜਿਹੜੇ ਬੰਦੇ ਦਾ ਯਕੀਨ ਜਿਹੜਾ ਉਹ ਡੋਲਦਾ ਨਾ, ਉਹ ਥਾਂ ਥਾਂ ਭੱਜੂਗਾ, ਉਸਨੂੰ ਪਤਾ ਲੱਗ ਜਾਣਾ, ਕਿਸੇ ਨੇ ਉਸਦੀ ਕਹਿਤਾ ਕਿ ਮੈਂ ਫਲਾਨੇ ਥਾਂ ਕਿਸੇ ਫਕੀਰ ਕੋਲ ਗਿਆ ਸੀ ਅਤੇ ਮੇਰੇ ਸਾਰੇ ਕੰਮ ਬਣ ਗਏ, ਅਤੇ ਉਹ ਪਹਿਲੇ ਜਿੱਥੇ ਜਾਂਦਾ ਉਹ ਛੱਡ ਕੇ ਉੱਧਰ ਜਾਵੇਗਾ। ਕਈ ਐਸੇ ਬੰਦੇ ਨੇ ਜਿਹੜੇ
ਹਰ ਰੋਜ਼ ਬਦਲਦੇ ਨੇ, ਕਦੀ ਕਿਤੇ ਕਦੀ ਕਿਤੇ, ਕਦੀ ਕਿਸੇ ਕੋਲ ਕਦੀ ਕਿਸੇ ਕੋਲ, ਜਦੋਂ ਕਿਸੇ ਨੇ ਕਹਿਤਾ ਉੱਥੇ ਉਹ ਵੱਧ ਫਸ ਜਾਂਦੇ ਨੇ, ਕਿਉਂਕਿ ਉਹਨਾਂ ਦਾ ਯਕੀਨ ਕੋਈ ਨਹੀਂ। ਜੇ ਇੱਕ ਤੋਂ ਨਹੀਂ ਬਣੀ ਤਾਂ ਦੂਜੇ ਤੋਂ ਵੀ ਨਹੀਂ ਬਣਨੀ। ਇਹ ਤਾਂ ਯਕੀਨ ਪੱਕਾ ਕਰਨਾ ਪੈਂਦਾ, ਕਾਮਲ ਯਕੀਨ ਕਰਨਾ ਪੈਂਦਾ, ਇੱਕ 'ਤੇ ਯਕੀਨ ਰੱਖਣਾ ਪੈਂਦਾ, ਅਤੇ ਫਿਰ ਸਾਡਾ ਜਿਹੜਾ ਸਿਦਕ ਜਿਹੜਾ ਉਹ ਪੱਕਦਾ। ਜਦੋਂ ਯਕੀਨ ਪੱਕਾ ਹੋ ਗਿਆ ਅਤੇ ਮਾਲਕ ਦੇਖਦਾ ਕਿ ਇਹ ਇਨਸਾਨ, ਇਹ ਬੱਚਾ ਹੁਣ ਆਪਣੇ ਯਕੀਨ 'ਤੇ ਪੱਕਾ ਹੈ, ਅਤੇ ਇਸ ਕਰਕੇ ਹੀ ਇਹ ਹੁਣ ਟਿਕਿਆ ਹੋਇਆ ਹੈ, ਅਤੇ ਹੁਣ ਇਹਨੂੰ ਸਾਰਾ ਕੁਝ ਦੇਣਾ ਪਵੇਗਾ। ਅਤੇ ਉਹ ਮੁਸੀਬਤ ਇਸ ਲਈ ਦਿੰਦਾ ਹੈ ਕਿ ਇਹ ਪਰਾਂ ਹੋ ਜਾਵੇ, ਇਹਨੂੰ ਪਰਖਿਆ ਜਾਵੇ ਕਿ ਕਿਸੇ ਮੁਸੀਬਤ ਵਿੱਚ ਇਹ ਛੱਡਦਾ। ਹੁਣ ਖੁਦ ਮੈਂ ਆਪਣੀ ਜੇ ਗੱਲ ਕਰਾਂ, ਮੈਨੂੰ ਕਈ ਵਾਰੀ ਇੱਦਾਂ ਪਰਖਿਆ ਜਾਂਦਾ ਕਿ ਕਿਸੇ ਹੋਰ ਪਾਸੇ ਜਾਂਦਾ, ਪਰ ਨਹੀਂ, ਜਿੱਥੇ ਆਪਾਂ ਜੇ ਹੈ ਉੱਥੇ ਹੀ ਆਪਾਂ ਰਹਿਣਾ, ਦੂਜੇ ਪਾਸੇ ਨਹੀਂ ਜਾਣਾ। ਸਤਿਕਾਰ ਸਾਰਿਆਂ ਦਾ ਕਰਨਾ, ਮਾੜਾ ਕਿਸੇ ਨੂੰ ਕਹਿਣਾ, ਰੂਹਾਂ ਸਾਰੀਆਂ ਇੱਕੋ ਨੇ, ਨੂਰ ਸਾਰੇ ਇੱਕੋ ਹੀ ਹੈ, ਪਰ ਆਪਾਂ ਇਸ਼ਕ ਦੇ ਵਿੱਚ ਰਹਿਣਾ। ਆਪਾਂ ਜਿੱਥੇ ਟਿਕੇ ਹਾਂ ਉੱਥੇ ਆਪਾਂ ਆਪਣਾ ਯਕੀਨ ਬਣਾਈ ਰੱਖਣਾ, ਤਾਂ ਫਿਰ ਮਾਲਕ ਹੱਲ ਕਰਦਾ। ਤੋ ਨਿੱਕੀਆਂ ਨਿੱਕੀਆਂ ਜਿਹੜੀਆਂ ਗੱਲਾਂ ਨੇ, ਇਹਨਾਂ ਗੱਲਾਂ ਦੇ ਵਿੱਚ ਹੀ ਆਪਾਂ ਜਦੋਂ ਪਾਸ ਹੁੰਦੇ, ਫਿਰ ਆਪਾਂ ਨੂੰ ਵੱਡੇ ਜਿਹੜੇ ਰਿਜ਼ਲਟ ਮਿਲਦੇ ਨੇ। ਆਪਾਂ ਨਿੱਕੀ ਜੀ ਜਦੋਂ ਮਾਲਕ ਵੱਲੋਂ ਸਾਨੂੰ ਕੋਈ ਝਲਕ ਦਿੱਤੀ ਜਾਂਦੀ ਹੈ, ਜਾਂ ਕੋਈ ਟਕਰਾਇਆ ਜਾਂਦਾ, ਮਾੜਾ ਜਿਹਾ ਤੋੜਿਆ ਜਾਂਦਾ, ਅਸੀਂ ਟੁੱਟ ਕੇ ਬਹਿ ਜਾਂਦੇ ਹਾਂ, ਅਸੀਂ ਇੱਕ ਸ਼ੈਤਾਨ ਇੱਕ ਮਿੰਟ ਦੇ ਵਿੱਚ ਸਾਨੂੰ ਭਰਮਾ ਦਿੰਦਾ। ਅਸੀਂ ਕੀ ਕਰਦੇ ਹਾਂ ਕਿ ਆਪਣਾ ਦਿਮਾਗ ਪੁੱਠੇ ਪਾਸੇ ਨੂੰ, ਪੁੱਠੀਆਂ ਗੱਲਾਂ ਨੂੰ, ਐਂ ਨੇ ਕਰਤਾ, ਉਹ ਨੇ ਕਰਤਾ, ਆਹ ਹੋ ਗਿਆ, ਇੱਦਾਂ ਹੋ ਗਿਆ, ਦੋ ਦੋ ਢਾਈ ਢਾਈ ਘੰਟੇ ਅਸੀਂ ਬੇਫਸੂਲੀਆਂ ਗੱਲਾਂ ਸੋਚ ਕੇ ਆਪਣੇ ਵਿਅਰਥ ਕਰ ਦਿੰਦੇ ਹਾਂ, ਪਰ ਅਸੀਂ ਦੋ ਢਾਈ ਘੰਟੇ ਰੱਬ ਦੇ ਜ਼ਿਕਰ 'ਤੇ ਨਹੀਂ ਲਾਉਂਦੇ। ਕਰਨਾ ਕੀ ਹੁੰਦਾ ਕਿ ਜਦੋਂ ਕੋਈ ਮਾੜੀ ਗੱਲ ਇੱਦਾਂ ਦਿਮਾਗ 'ਚ ਆਉਂਦੀ ਹੈ, ਜਾਂ ਮਾੜਾ ਕੋਈ ਫਿਕਰਾ ਦਿਮਾਗ 'ਚ ਆਉਂਦਾ, ਜਾਂ ਕੋਈ ਸ਼ੈਤਾਨ ਸਾਨੂੰ ਤੰਗ ਕਰਦਾ, ਉਸੇ ਵੇਲੇ ਉਹਨੂੰ ਤੋੜ ਕੇ ਕਿ ਨਹੀਂ, ਮੇਰਾ ਰੱਬ ਵੱਡਾ, ਮੁਸੀਬਤ ਵੱਡੀ ਨਹੀਂ, ਮੇਰੀ ਸਰਕਾਰ ਵੱਡੀ ਆ, ਮੁਸੀਬਤ ਵੱਡੀ ਨਹੀਂ, ਮੇਰੇ ਮੁਰਸ਼ਦ ਵੱਡੇ ਆ, ਮੁਸੀਬਤ ਵੱਡੀ ਨਹੀਂ, ਮੇਰਾ ਮਾਲਿਕ ਹੱਲ ਕਰਨ ਵਾਲਾ ਵੱਡਾ। ਬਸ ਆਪਣੇ ਮਾਲਿਕ 'ਤੇ, ਆਪਣੇ ਮੁਰਸ਼ਦ ਅਤੇ ਪੀਰ 'ਤੇ ਯਕੀਨ ਕਰਕੇ ਜਦੋਂ ਆਪਾਂ ਚੱਲੀ ਜਾਂਦੇ ਹਾਂ, ਫਿਰ ਸਾਡੇ ਸਾਰੇ ਜਿਹੜੇ ਮਸਲੇ ਮਸਾਇਲ ਜਿਹਨੇ ਸਾਰੇ ਹੱਲ ਹੋਣ ਲੱਗ ਪੈਂਦੇ ਨੇ ਕਿ ਮੁਸੀਬਤ ਵੱਡੀ ਨਹੀਂ। ਮੁਸੀਬਤ ਵੀ ਜਿਹੜੀ ਹੈ, ਸ਼ੈਤਾਨ ਨੂੰ ਪਤਾ ਲੱਗ ਜਾਂਦਾ ਕਿ ਹੁਣ ਇਹ ਇਨਸਾਨ ਜਾਗ ਗਿਆ, ਇਹਦੇ ਉੱਤੇ ਮੇਰਾ ਗਲਬਾ ਨਹੀਂ ਹੋਣਾ, ਮੈਨੂੰ ਹੁਣ ਇੱਥੋਂ ਛੱਡ ਕੇ ਜਾਣਾ ਪੈਣਾ। ਇੱਕ ਦਿਨ ਸਾਰੇ ਰਸਤੇ ਆਪੇ ਹੀ ਸਾਫ਼ ਹੋ ਜਾਂਦੇ ਨੇ। ਜਿਹੜੇ ਆਪਾਂ ਕਹਿੰਦੇ ਹਾਂ ਕਿ ਜਿਹੜੇ ਜਿਹੜੇ ਨਿਮਾਣੇ ਨੇ, ਗਰੀਬ ਨੇ, ਜਾਂ ਆਮ ਇਨਸਾਨ ਨੇ, ਉਹਨਾਂ ਨੂੰ ਦੁੱਖ ਆਉਂਦੇ। ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਨੇ, ਜਿਹੜੇ ਵੱਡੇ ਵੱਡੇ ਬਿਜ਼ਨਸਮੈਨ, ਉਹਨਾਂ ਨੂੰ ਦੁੱਖ ਨਹੀਂ ਆਉਂਦੇ। ਉਹਨਾਂ ਨੂੰ ਦੁੱਖ ਕਿਉਂ ਨਹੀਂ ਆਉਂਦੇ? ਕਿਉਂਕਿ ਉਹ ਮੁਸੀਬਤ ਵੱਡੀ ਨਹੀਂ ਸਮਝਦੇ, ਉਹ ਕਹਿੰਦੇ ਕਿ ਰੱਬ ਵੱਡਾ। ਮੁਸੀਬਤ ਵੱਡੀ ਨੂੰ ਮੁਸੀਬਤ ਵਿੱਚ ਵੀ ਘਬਰਾਉਂਦੇ ਨਹੀਂ, ਉਹ ਰੱਬ 'ਤੇ ਯਕੀਨ ਰੱਖਦੇ ਆ ਕਿ ਨਹੀਂ, ਜੋ ਮਾਲਿਕ ਕਰਦਾ, ਜੋ ਇਹ ਕੁਦਰਤ ਕਰਦੀ, ਉਹ ਹੀ ਹੋਣਾ। ਮੁਸੀਬਤ ਵੱਡੀ ਨਹੀਂ, ਮਾਲਿਕ ਵੱਡਾ। ਅਸੀਂ ਕਹਿੰਦੇ ਹਾਂ ਕਿ ਮੁਸੀਬਤ ਬਹੁਤ ਵੱਡੀ ਪੈ ਗਈ, ਰੱਬ ਦੀ ਅੱਗੇ ਅਸੀਂ ਦਵਾਈ ਨਹੀਂ ਕਰਦੇ। ਅਸੀਂ ਕਹਿੰਦੇ ਨਹੀਂ ਜੀ, ਨਹੀਂ ਜੀ, ਸਾਡੀ ਬਾਣੀ ਦਾ ਬਹੁਤ ਪਹਾੜ ਟੁੱਟ ਗਿਆ ਮੇਰੇ 'ਤੇ, ਮੇਰਾ ਤਾਂ ਆਹ ਹੋ ਗਿਆ, ਮੇਰਾ ਆ ਹੋ ਗਿਆ, ਕੁਝ ਨਹੀਂ ਹੁੰਦਾ। ਇੱਕ ਨਿੱਕੀ ਜਿਹੀ ਉਦਾਹਰਨ ਇੱਥੇ ਅੱਜ ਦੇਖਿਆ, ਉਹ ਗੱਲ ਸੁਣੀ ਕਿ ਦੋ ਬੱਚੇ ਜਿਹੜੇ ਸੀਗੇ, ਉਹ ਡਿਲੀਵਰੀ ਬੋਆਏ ਸੀ, ਤਾਂ ਡਿਲੀਵਰੀ ਕਰਦੇ ਸੀ, ਉਹਨਾਂ ਨੂੰ ਕਿਸੇ ਨੇ ਲੁੱਟ ਲਿਆ। ਜਿਹੜੇ ਬੰਦੇ ਲੁੱਟ ਕੇ ਦੋ ਜਣੇ ਦੌੜੇ ਅਤੇ ਗਾਂਹ ਚੱਕਣ ਦਾ ਐਕਸੀਡੈਂਟ ਹੋ ਗਿਆ, ਦੋਨੇ ਉੱਥੇ ਥਾਂ ਹੀ ਮਰ ਗਏ। ਉਹ ਮਾੜਾ ਕੀਤਾ ਅਤੇ ਮਾੜੇ ਮਿਲਿਆ, ਅਤੇ ਰੱਬ ਬਚਾਉਂਦਾ ਉਹ ਬੰਦੇ ਜਦੋਂ, ਜੇ ਉਹਨਾਂ ਦਾ ਪੈਸੇ ਲੁੱਟ ਲਏ ਪਰ ਜਾਨ ਬਚ ਗਈ, ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਲੁੱਟੇ ਹੋਣੇ, ਅਤੇ ਉਹਨਾਂ ਦਾ ਅੰਤ ਮਾੜਾ ਹੋ ਗਿਆ। ਤੋ ਇਹ ਸਰ ਕਿ ਆਪਾਂ ਆਪਣੇ ਯਕੀਨ ਰੱਖਣਾ ਆਪਣੇ ਮਾਲਕ 'ਤੇ, ਜੋ ਕਰਦਾ ਸਹੀ ਕਰਦਾ, ਨੁਕਸਾਨ ਹੋਇਆ ਤਾਂ ਵੀ ਉਹਦਾ ਸ਼ੁਕਰ, ਫਾਇਦਾ ਹੋ ਗਿਆ ਤਾਂ ਵੀ ਉਹਦਾ ਸ਼ੁਕਰ। ਘਰ ਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਉਂਦੀ, ਪਹਿਲਾਂ ਉਹਦਾ ਸ਼ੁਕਰਾਨਾ ਕਰੋ ਕਿ ਤੇਰਾ ਸ਼ੁਕਰਾਨਾ ਮੇਰੇ ਮਾਲਿਕ, ਤੇਰੇ ਕਰਮ ਸਦਕਾ, ਤੇਰੀ ਰਹਿਮਤ ਸਦਕਾ, ਤੇਰੀ ਵਡਿਆਈ ਸਦਕਾ, ਇਹ ਚੀਜ਼ ਹੋਈ, ਨਹੀਂ ਤਾਂ ਨਹੀਂ ਹੋਣੀ ਸੀ। ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਜਦੋਂ ਵੀ ਆਪਾਂ ਕੋਈ ਵੀ ਕੰਮ ਕਰਨਾ, ਮਾਲਕ ਦਾ ਸ਼ੁਕਰ ਕਰਕੇ, ਮਾਲਕ ਤੋਂ ਇਜਾਜ਼ਤ ਲੈ ਕੇ, ਦਿਲ ਦੀਆਂ ਗੱਲਾਂ ਸਾਂਝੀਆਂ ਕਰੋ, ਇਸ਼ਕ ਦੀਆਂ ਗੱਲਾਂ ਸਾਂਝੀਆਂ ਕਰੋ ਮਾਲਕ ਦੇ ਨਾਲ, ਆਪਣੇ ਅੰਦਰੋਂ ਜੋ ਚੀਜ਼ ਤੰਗ ਕਰਦੀ ਹੈ ਉਹ ਚੀਜ਼ ਉਹਨਾਂ ਸਾਂਝੀ ਕਰੋ ਕਿ ਮੈਨੂੰ ਆਹ ਚੀਜ਼ ਤੰਗ ਕਰਦੀ, ਇਹਦਾ ਹੱਲ ਕਰਕੇ ਦੇ। ਉਹ ਹੱਲ ਕਰੇਗਾ। ਅਸੀਂ ਲੋਕਾਂ ਨਾਲ ਗੱਲਾਂ ਕਰਦੇ ਹਾਂ, ਲੋਕਾਂ ਨੇ ਸਾਨੂੰ ਫਸਾਉਣਾ। ਕੋਈ ਲੋਕ ਨਹੀਂ ਚਾਹੁੰਦਾ ਕਿ ਤੁਸੀਂ ਅੱਗੇ ਜਾਓ, ਚਾਹੇ ਕੋਈ ਘਰ ਦਾ, ਚਾਹੇ ਕੋਈ ਬਾਹਰਲਾ। ਇਹ ਸਿਰਫ ਤੁਹਾਡਾ ਮਾਲਕ ਚਾਹੁੰਦਾ ਕਿ ਮੇਰਾ ਮੁਰੀਦ ਅੱਗੇ ਜਾਵੇ। ਹੋਰ ਦੁਨੀਆਦਾਰੀ ਦਾ ਕੋਈ ਲੋਕ ਨਹੀਂ ਇਹ ਚਾਹੁੰਦਾ ਕਦੀ ਵੀ ਇਹ ਬੰਦਾ ਅੱਗੇ ਜਾਵੇ, ਇਹਨੂੰ ਫਾਇਦਾ ਹੋਵੇ। ਕਹਿੰਦਾ ਹਰ ਕੋਈ ਕਿਸੇ ਨੂੰ ਥੱਲੇ ਲਾ ਕੇ ਰਾਜੀ ਹੈ, ਇਹ ਦੁਨੀਆ ਦਾ ਦਸਤੂਰ ਹੈ।
ਸੋ ਆਪਾਂ ਮਾਲਕ ਦੇ ਯਕੀਨ ਰੱਖ ਕੇ ਅੱਗੇ ਜਾਣਾ ਤੋ ਮਾਲਕ ਰਹਿਮਤ ਕਰਦਾ। ਸੋ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਿਦ ਸੱਚ ਮੁਰਸ਼ਿਦ।